ਅੱਜ ਸਵੇਰੇ ਆਏ ਸੀ ਆਪਣਾ, ਸਾਨੂੰ ਤਾਂ ਪਤਾ ਵੀ ਨਹੀਂ ਸੀ ਅਸਾਂ ਤੇ ਮੈਂ ਤਾਂ ਸਵੇਰੇ ਉੱਠ ਕੇ ਪਾਠ ਕਰ ਰਹੇ ਸੀ ਆਪਣਾ, 2 ਵਜੇ ਉੱਠ ਜਾਣਾ ਹੈ ਤੇ ਮੈਂ ਦੇਖਿਆ ਵੀ ਬਾਹਰ ਨਾ ਕੋਈ ਆਏ ਹੋਏ, ਫਿਰ ਮੈਂ ਮਤਲਬ ਉਹ ਕਹਿੰਦੇ ਵੀ ਦਿੱਲੀ ਤੋਂ ਆਏ ਹੋਏ ਵੀ ਕੋਈ, ਫਿਰ ਅੰਦਰ ਆ ਕੇ ਉਹਨਾਂ ਨੇ ਸਾਰੇ ਘਰ ਦੀ ਛਾਣ ਬੀਣ ਕਰੀ, ਚਲੋ ਉਹਨਾਂ ਦਾ ਫਰਜ਼ ਸਾਰਾ, ਉਹਨਾਂ ਨੇ ਦੇਖਿਆ ਵੀ ਕੋਈ, ਉਸ ਤੋਂ ਬਾਅਦ ਛਾਣਬੀਣ ਕਰਕੇ ਉਹਨਾਂ ਨੂੰ ਮਤਲਬ ਕਿ ਕੁਛ ਏਦਾਂ ਦਾ ਬਰਾਮਦ ਨਹੀਂ ਹੋਇਆ। ਸਾਡੇ 2 ਫੋਨ ਲੈ ਗਏ ਇਨਵੈਸਟੀਗੇਸ਼ਨ ਵਾਸਤੇ ਤੇ ਆਪਣਾ 2 ਕਿਤਾਬਾਂ ਸੀ, ਹਨਾ ਜੋ 2 ਕਿਤਾਬਾਂ ਲੈ ਕੇ, ਇਤਿਹਾਸ ਦੀਆਂ 2 ਕਿਤਾਬਾਂ ਸੀ। ਸਿੱਧੇ ਸਾਧੇ ਆਪਣਾ ਪਾਠ ਕਰਦੇ ਆ, ਉੱਤੇ ਆਪਾਂ ਚੱਲਦੇ ਆ, ਉੱਪਰ ਦਿਖਾ ਦਿੰਦੇ ਆ। ਉਹ ਕਹਿੰਦੇ ਵੀ ਉਹਨਾਂ ਨੂੰ ਏਦਾਂ ਲੱਗਿਆ ਵੀ ਹੁਣ ਸੰਗਤ ਸਾਡੇ ਕੋਲੋਂ ਪਾਠ ਕਰਵਾਉਂਦੀ ਹੈ ਨਾ, ਵੀ ਕੋਈ ਏਦਾਂ ਦਾ ਬੰਦੇ ਨੇ ਸਾਨੂੰ ਸੰਪਰਕ ਨਾ ਕਿਤੇ ਕਰ ਲਿਆ ਹੋਵੇ, ਏਦਾਂ ਹੋ ਸਕਦਾ, ਬਾਕੀ ਸਾਨੂੰ ਅਜੇ ਪ੍ਰੋਪਰ ਜਾਣਕਾਰੀ ਨਹੀਂ ਹੈਗੀ। ਡੇਟ ਦਿੱਤੀ ਹੈ ਸਾਨੂੰ 26 ਤਰੀਕ ਨੂੰ ਚੰਡੀਗੜ੍ਹ ਮਾਡਲ ਜੇਲ੍ਹ ਵਿਖੇ ਉਹਨਾਂ ਨੇ ਆਪਣੀ। ਜਿਹੜੇ ਪਾਠ ਤੁਸੀਂ ਕਰਦੇ ਹੋ ਉਹਦੀ ਕਿੰਨੀ ਭੇਟਾ ਲੈਂਦੇ ਤੁਸੀਂ? ਉਹਦੇ ਇੱਕ ਜਿਹੜਾ 7 ਦਿਨਾਂ ਦਾ ਪਾਠ ਹੈ, ਸੰਪਟ ਪਾਠ ਹੈ, ਉਹਦੀ 51,000 ਸੇਵਾ। ਦੂਜਾ 13 ਦਿਨਾਂ ਦਾ ਪਾਠ ਹੁੰਦਾ, ਉਹਦੀ 1 ਲੱਖ ਰੁਪਇਆ ਸੇਵਾ। ਸਾਰੇ ਪਾਰਟੀ ਜਿਹੜੀ ਫੰਡਿੰਗ ਤੁਹਾਨੂੰ ਬਾਹਰੋਂ ਪੈਸਿਆਂ ਦੀ ਆਈ ਹੈ, ਇਸ ਤੋਂ ਇਲਾਵਾ ਵੱਡੀ ਫੰਡਿੰਗ ਆਈ ਹੈ? 5 ਲੱਖ 10 ਲੱਖ ਮੇਰੀ ਸਾਰੀ ਸਟੇਟਮੈਂਟਾਂ ਵੀ ਹੈ, ਉਹਨਾਂ ਨੇ ਦੇਖ ਲਈਆਂ, ਕੋਈ ਵੀ ਏਦਾਂ ਦੀ ਬੈਂਕ ਦੀ ਕਾਪੀ ਵੀ ਲੈ ਕੇ ਗਏ ਨੇ? ਨਹੀਂ, ਬੈਂਕ ਦੇ ਅਕਾਊਂਟ ਵਗੈਰਾ ਸਾਰੇ ਲੈ ਗਏ, ਫੋਨ ਨੰਬਰ ਦੇ ਨਾਲ ਲਿੰਕ ਸੀ, ਫੋਨ ਨੰਬਰ ਦੇ ਵਿੱਚ ਸਾਰਾ ਕੁਛ, ਉਹ ਫੋਨ ਨੰਬਰ ਲੈ। ਕਿਹਦੇ ਕਿਹਦੇ ਮੋਬਾਈਲ ਲੈ ਕੇ ਗਏ ਨੇ ਜੀ? ਮੇਰੇ ਨੇ, ਮੇਰੇ ਮੋਬਾਈਲ ਹੀ ਲੈ ਕੇ ਗਏ, ਹਾਂਜੀ। ਬਾਕੀ ਘਰ ਦੇ ਮੋਬਾਈਲ ਸਾਰੀ ਛਾਣਬੀਣ ਕਰੀ, ਮੇਰੇ ਦੇ ਵਿੱਚ ਵੀ ਇਹਨਾਂ, ਉਹ ਕਹਿੰਦੇ ਵੀ ਅੱਗੇ ਜਾ ਕੇ ਹੋਰ ਇਨਵੈਸਟੀਗੇਸ਼ਨ ਕਰ ਲਾਂਗੇ। ਅੱਜ ਸਵੇਰੇ ਆਈ ਸੀ, ਕਿੰਨੇ ਵਜੇ? 5:30 ਵਜੇ। ਕੋਈ ਹੋਰ ਇਨਵੈਸਟੀਗੇਸ਼ਨ ਕੋਈ ਦੱਸਣਾ ਚਾਹੁੰਦੇ ਹੋ ਤੁਸੀਂ ਆਪਣੇ ਆਪ? ਹੋਰ ਤਾਂ ਕੁਛ ਨਹੀਂ, ਏਦਾਂ ਦੀ ਗੱਲ ਹੈਗੀ। ਬਾਕੀ ਇਨਵੈਸਟ ਸਵੇਰੇ ਸਾਰੇ ਘਰ ਦੀ ਛਾਣਬੀਣ ਕਰੀ, ਉਹਨਾਂ ਨੇ ਕੁਛ ਨਹੀਂ ਮਿਲਿਆ, ਸਾਰੇ ਬੈੱਡਾਂ ਲੈ ਕੇ ਸਾਰਾ ਕੁਛ ਉਹਨੇ ਛਾਣਬੀਣ ਕਰੀ, ਚਲੋ ਉਹਨਾਂ ਦੀ ਡਿਊਟੀ ਸੀ। ਤੇ ਬਾਕੀ ਏਦਾਂ ਦੀ ਕੋਈ ਮੋਬਾਈਲ ਲੈ ਕੇ 2 ਬੁੱਕਾਂ ਵੀ ਗਈਆਂ, ਬਸ ਹੋਰ ਤਾਂ ਕੁਛ ਨਹੀਂ ਹੈਗਾ ਜੀ, ਉਹਨਾਂ ਨੂੰ ਬਸ ਇਹੀ ਸੀ। ਕਿੰਨੀ ਦੇਰ ਤੋਂ ਬਾਬਾ ਜੀ ਪਿੰਡ ਦੇ ਵਿੱਚ ਰਹਿ ਰਹੇ ਇੱਥੇ ਤੁਸੀਂ? ਅੱਛਾ, ਜੱਦੀ ਪਿੰਡ ਹੈ ਸਾਡਾ। ਅੱਜ ਸਵੇਰੇ ਆਏ ਸੀ ਆਪਣਾ, ਸਾਨੂੰ ਤਾਂ ਪਤਾ ਵੀ ਨਹੀਂ ਸੀ ਅਸਾਂ, ਤੇ ਮੈਂ ਤਾਂ ਸਵੇਰੇ ਉੱਠ ਕੇ ਪਾਠ ਕਰ ਰਹੇ ਸੀ ਆਪਣਾ, 2 ਵਜੇ ਉੱਠ ਜਾਣਾ ਹੈ ਤੇ ਮੈਂ ਦੇਖਿਆ ਵੀ ਬਾਹਰ ਨਾ ਕੋਈ ਆਏ ਹੋਏ, ਫਿਰ ਮੈਂ ਮਤਲਬ ਉਹ ਕਹਿੰਦੇ ਵੀ ਦਿੱਲੀ ਤੋਂ ਆਏ ਹੋਏ ਵੀ ਕੋਈ, ਫਿਰ ਅੰਦਰ ਆ ਕੇ ਉਹਨਾਂ ਨੇ ਸਾਰੇ ਘਰ ਦੀ ਛਾਣਬੀਣ ਕਰੀ, ਚਲੋ ਉਹਨਾਂ ਦਾ ਫਰਜ਼ ਸਾਰਾ, ਉਹਨਾਂ ਨੇ ਦੇਖਿਆ ਵੀ ਕੋਈ, ਉਸ ਤੋਂ ਬਾਅਦ ਛਾਣਬੀਣ ਕਰਕੇ ਉਹਨਾਂ ਨੂੰ ਮਤਲਬ ਕਿ ਕੁਛ ਏਦਾਂ ਦਾ ਬਰਾਮਦ ਨਹੀਂ ਹੋਇਆ। ਸਾਡੇ 2 ਫੋਨ ਲੈ ਗਏ ਇਨਵੈਸਟੀਗੇਸ਼ਨ ਵਾਸਤੇ ਤੇ ਆਪਣਾ 2 ਕਿਤਾਬਾਂ ਸੀ, ਹਨਾ ਜੋ 2 ਕਿਤਾਬਾਂ ਲੈ ਕੇ, ਇਤਿਹਾਸ ਦੀਆਂ 2 ਕਿਤਾਬਾਂ ਸੀ। ਸਿੱਧੇ ਸਾਧੇ ਆਪਣਾ ਪਾਠ ਕਰਦੇ ਆ, ਉੱਤੇ ਆਪਾਂ ਚੱਲਦੇ ਆ, ਉੱਪਰ ਦਿਖਾ ਦਿੰਦੇ ਆ। ਉੱਪਰ ਦੁਆਰਾ ਕੀ ਦੱਸਿਆ ਗਿਆ ਕਿ ਕਿਉਂ ਜਿਹੜਾ? ਉਹ ਕਹਿੰਦੇ ਵੀ ਉਹਨਾਂ ਨੂੰ ਏਦਾਂ ਲੱਗਿਆ ਵੀ ਹੁਣ ਸੰਗਤ ਸਾਡੇ ਕੋਲੋਂ ਪਾਠ ਕਰਵਾਉਂਦੀ ਹੈ ਨਾ, ਵੀ ਕੋਈ ਏਦਾਂ ਦਾ ਬੰਦੇ ਨੇ ਸਾਨੂੰ ਸੰਪਰਕ ਨਾ ਕਿਤੇ ਕਰ ਲਿਆ ਹੋਵੇ, ਏਦਾਂ ਹੋ ਸਕਦਾ, ਬਾਕੀ ਸਾਨੂੰ ਅਜੇ ਪ੍ਰੋਪਰ ਜਾਣਕਾਰੀ ਨਹੀਂ ਹੈਗੀ। ਡੇਟ ਦਿੱਤੀ ਹੈ ਸਾਨੂੰ 26 ਤਰੀਕ ਨੂੰ ਚੰਡੀਗੜ੍ਹ ਮਾਡਲ ਜੇਲ੍ਹ ਵਿਖੇ ਉਹਨਾਂ ਨੇ ਆਪਣੀ। ਜਿਹੜੇ ਪਾਠ ਤੁਸੀਂ ਕਰਦੇ ਹੋ ਉਹਦੀ ਕਿੰਨੀ ਭੇਟਾ ਲੈਂਦੇ ਤੁਸੀਂ? ਉਹਦੇ ਇੱਕ ਜਿਹੜਾ 7 ਦਿਨਾਂ ਦਾ ਪਾਠ ਹੈ, ਸੰਪਟ ਪਾਠ ਹੈ, ਉਹਦੀ 51,000 ਸੇਵਾ। ਦੂਜਾ 13 ਦਿਨਾਂ ਦਾ ਪਾਠ ਹੁੰਦਾ, ਉਹਦੀ 1 ਲੱਖ ਰੁਪਇਆ ਸੇਵਾ। ਸਾਰੇ ਪਾਰਟੀ ਜਿਹੜੀ ਫੰਡਿੰਗ ਤੁਹਾਨੂੰ ਬਾਹਰੋਂ ਪੈਸਿਆਂ ਦੀ ਆਈ ਹੈ, ਇਸ ਤੋਂ ਇਲਾਵਾ ਵੱਡੀ ਫੰਡਿੰਗ ਆਈ ਹੈ? 5 ਲੱਖ 10 ਲੱਖ ਮੇਰੀ ਸਾਰੀ ਸਟੇਟਮੈਂਟਾਂ ਵੀ ਹੈ, ਉਹਨਾਂ ਨੇ ਦੇਖ ਲਈਆਂ, ਕੋਈ ਵੀ ਏਦਾਂ ਦੀ ਬੈਂਕ ਦੀ ਕਾਪੀ ਵੀ ਲੈ ਕੇ ਗਏ ਨੇ?
ਨਹੀਂ ਬੈਂਕ ਦੇ ਅਕਾਊਂਟ ਵਗੈਰਾ ਸਾਰੇ ਲੈ ਗਏ, ਫੋਨ ਨੰਬਰ ਦੇ ਨਾਲ ਲਿੰਕ ਸੀ, ਫੋਨ ਨੰਬਰ ਦੇ ਵਿੱਚ ਸਾਰਾ ਕੁਛ ਸੀ, ਫੋਨ ਨੰਬਰ ਲੈ ਕਿਹਦੇ ਕਿਹਦੇ ਮੋਬਾਈਲ ਲੈ ਕੇ ਗਏ ਜੀ? ਮੇਰੇ ਨੇ, ਮੇਰੇ ਮੋਬਾਈਲ ਲੈ ਕੇ ਗਏ ਹਾਂਜੀ, ਬਾਕੀ ਘਰ ਦੇ ਮੋਬਾਈਲ ਸਾਰੀ ਛਾਣਬੀਣ ਕਰੀ ਮੇਰੇ ਦੇ ਵਿੱਚ ਵੀ ਇਹਨਾਂ, ਉਹ ਕਹਿੰਦੇ ਵੀ ਅੱਗੇ ਜਾ ਕੇ ਹੋਰ ਇਨਵੈਸਟੀਗੇਸ਼ਨ ਕਰ ਲਾਂਗੇ। ਅੱਜ ਸਵੇਰੇ ਆਏ ਸੀ, ਕਿੰਨੇ ਵਜੇ ਜੀ? 5:30 ਵਜੇ। ਕੋਈ ਹੋਰ ਇਨਵੈਸਟੀਗੇਸ਼ਨ ਚ ਕੋਈ ਦੱਸਣਾ ਚਾਹੁੰਦੇ ਹੋ ਤੁਸੀਂ ਆਪਣੇ ਆਪ? ਉਹ ਤਾਂ ਕੁਛ ਨਹੀਂ, ਇੱਦਾਂ ਦੀ ਗੱਲ ਹੈਗੀ ਜੀ, ਬਾਕੀ ਇਨਵੈਸਟ ਵੇਰੇ ਸਾਰੇ ਘਰ ਦੀ ਛਾਣਬੀਣ ਕਰੀ, ਉਹਨਾਂ ਨੇ ਕੁਛ ਨਹੀਂ ਮਿਲਿਆ, ਸਾਰੇ ਬੈੱਡਾਂ ਲੈ ਕੇ ਸਾਰਾ ਕੁਛ ਉਹਨੇ ਛਾਣਬੀਣ ਕਰੀ। ਚਲੋ ਉਹਨਾਂ ਦੀ ਡਿਊਟੀ ਸੀ, ਅਤੇ ਬਾਕੀ ਇੱਦਾਂ ਦੀ ਕੋਈ ਮੋਬਾਈਲ ਲੈ ਕੇ 2 ਬੁੱਕਾਂ ਮਿਲੀਆਂ, ਬਸ ਹੋਰ ਤਾਂ ਕੁਛ ਨਹੀਂ ਹੈਗਾ ਜੀ, ਉਹਨਾਂ ਨੂੰ ਬਸ ਇਹੀ ਸੀ। ਕਿੰਨੀ ਕੁ ਦੇਰ ਤੋਂ ਬਾਬਾ ਜੀ ਪਿੰਡ ਦੇ ਵਿੱਚ ਰਹਿ ਰਹੇ ਇੱਥੇ ਤੁਸੀਂ? ਅੱਛਾ, ਜੱਦੀ ਪਿੰਡ ਹੈ ਸਾਡਾ।